ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮੁ ਅਲੈਕਮ ਜੀ ਤੇ ਮੇਰੇ ਪਿਆਰੇ ਦੋਸਤੋ ਤੇ ਮੇਰੇ ਮਿੱਤਰੋ ਕੀ ਹਾਲ ਚਾਲ ਏ ਫੁੱਲ ਮੋਰੀਆਂ ਸ਼ੋਰੀਆਂ ਹੋ ਰਹੀਆਂ ਜਨਾਬ ਇਹ ਕੰਮ ਜਾਰੀ ਹੈ ਕਿੰਨੇ ਦਿਨਾਂ ਬਾਅਦ ਮੈਂ ਵੀਡੀਓ ਭੇਜ ਰਿਹਾ ਕਿਉਂਕਿ ਸਰਦੀ ਬੜੀ ਹੋ ਗਈ ਸੀ ਇਸ ਵਜ੍ਹਾ ਤੋਂ ਮੈਂ ਨਹੀਂ ਸੀ ਇੱਥੇ ਮੌਜੂਦ ਗਿਆ ਅਸੀਂ ਮੈਂ ਸ਼ਮਾਲੀ ਇਲਾਕਾ ਜਾ ਅਜ ਫਿਰਨ ਤਿਰਨ ਤੇ ਕਿਚਨ ਸਾਡਾ ਜਨਾਬ ਤਮੀਰ ਹੋ ਰਿਹਾ ਲੈ ਚੱਲ ਰਿਹਾ ਹੈ ਦੇਖੋ ਜਨਾਬ ਕਿੰਨਾ ਖਲਾਰਾ-ਸ਼ਲਾਰਾ ਮਿਕਿਆ ਤੇ ਆ ਖਿੜਕੀ ਕੱਢਣ ਦਾ ਮੇਨ ਇਹ ਖਿੜਕੀ ਨਹੀਂ ਨਿਕਲ ਰਹੀ ਜਨਾਬ ਮਹੀਨਾ ਹੋ ਗਿਆ ਇਹ ਭਾਈ ਜਣੇ ਜਨਾਬ ਕਰ ਰਹੇ ਉੱਪਰ ਦਰਵਾਜ਼ਾ ਵੀ ਤਾਰਨਾ ਤੇ ਖਿੜਕੀ ਵੀ ਤਾਰਨਾ ਤਾਰ ਨਹੀਂ ਬਹੁਤ ਮਿਹਨਤ ਕਰ ਰਹੇ ਸਾਰਾ ਘਰਾਰਾ ਘਰਾ ਕੇ ਦੁਬਾਰਾ ਬਣਾਵਾਂਗੇ ਜਨਾਬ ਵੀ ਉਹ ਤੇ ਬੜੀ ਮਿਹਨਤ ਦਾ ਹੈ ਕੰਮ ਹੈ ਵਾਸ਼ ਬੇਸਨ ਵੀ ਦੇਖੋ ਸਾਰਾ ਖਰਾਬ ਹੋ ਗਿਆ ਜਨਾਬ ਇਹ ਵੀ ਦੁਬਾਰਾ ਨਇਆ ਬਣੇਗਾ ਪਾਈਪ ਸ਼ਾਈਪ ਸਭ ਇਹ ਪੁਰਾਣਾ ਲਟਰਨ ਪਟਰਨ ਸਭ ਓਕੇ ਹੋ ਜਾਏਗਾ ਅੱਲਾ ਖੈਰ ਕਰੇ ਤੇ ਤੁਸੀਂ ਸੁਣਾਓ ਵੀਊ ਬਹੁਤ ਕਮ ਆ ਰਹੇ ਕਮੈਂਟਸ ਬਹੁਤ ਕਮ ਆ ਰਹੇ ਕੋਈ ਲਾਈਕ ਨਹੀਂ ਕਰ ਰਿਹਾ ਅਨਲਾਈਕ ਕੋ ਚਬਲ ਮਾਰੀ ਜਾਂਦਾ ਅਨਲਾਈਕ ਵੀ ਕਰ ਦਿੰਦਾ ਹਾਂ ਚਲੋ ਕੋਈ ਨਹੀਂ ਅੱਲਾ ਉਹਦਾ ਭਲਾ ਕਰੇ ਆ ਤੁਹਾਨੂੰ ਮੈਂ ਅੰਦਰੋਂ ਦਿਖਾਂਦਾ ਕਿਚਨ ਉਹ ਦੇਖੋ ਜੀ ਇੱਕ ਇਹ ਸੈਟਿੰਗ ਮੈਟਿੰਗ ਚੱਲ ਰਹੀ ਹੈ ਤੇ ਸੌਰੀ ਵਿੱਚ ਡਿਸਕਨੈਕਟ ਹੋ ਗਿਆ ਸੀ ਇਹ ਦੇਖੋ ਟਾਇਲ ਜਨਾਬ ਉਤਾਰ ਰਿਹਾ ਬੰਦਾ ਉੱਪਰ ਚੜ ਕੇ ਬਾਲਾ ਮਿਸਤਰੀ ਜਨਾਬ ਇਹਦਾ ਨਾਮ ਆ ਇਕਬਾਲ ਸਾਹਿਬ ਬਾਲਾ ਮਿਸਤਰੀ ਅਲ ਮਰੂਕ ਬਾਲਾ ਮਿਸਤਰੀ ਦੇਖੋ ਜੀ ਟਾਇਲ ਦਾ ਬੇੜਾ ਘਰ ਕਰ ਰਿਹਾ ਪੁਰਾਣੀ ਟਾਇਲ ਦੇਖੋ ਜਨਾਬ ਤੁਸੀਂ ਦੇਖ ਕੇ ਹੈਰਾਨ ਹੋ ਜੂਗੇ ਕਿੰ사 ਕੈਸੇ ਜਦੀਦ ਆ ਗਿਆ ਪਹਿਲੋ ਸਾਡੇ ਜ਼ਮਾਨੇ ਚ ਜਨਾਬ ਬੰਦਾ ਥੋੜੀ ਚਣੀ ਲੈ ਕੇ ਜਨਾਬ ਸ਼ੁਰੂ ਹੋ ਜਾਂਦਾ ਸੀ ਟਿਕ 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 ਹੁਣ ਦੇ ਲੋਹਾਰ ਕੰਮ ਮਸ਼ੀਨਰੀ ਆ ਗਿਆ ਦੌਰ ਬਿਜਲੀ ਦਾ ਤੇ ਬੰਦਾ ਜਨਾਬ ਲਗਾ ਕੇ ਤੇ ਦੇ ਲੋ ਟਾਇਲ ਇੱਕ ਮਿੰਟ ਚ ਉਤਾਰੀ ਜਾ ਰਿਹਾ ਹੈ ਦੀਵਾਰ ਨੂੰ ਵੀ ਖਤਮ ਕਰ ਰਿਹਾ ਤਾਂ ਸਾਰਾ ਜਨਾਬ ਦੇਖਦੇ ਆਂ ਵੀਊ ਦਹਾਂਦੇ ਸਾਰਾ ਕੁਝ ﺍﻟमारी ਵੀ ਤਾਰੇਗਾ ਇਹ ਦੇਖੋ ਐ ਸਾਡੀ ਫ੍ਰਿਜ ਵੀ ਵੇਚੀ ਪਈ ਹੈ ਜਨਾਬ ਨਜ਼ਰ ਆ ਰਹੀ ਹੈ ਉਹ ਮਿੱਟੀ ਉਹ ਛਟੀ ਹੋ ਗਈ ਬਾਹਰ ਕਾਲਾਂ ਦਾ ਟਾਈਮ ਹੀ ਲੱਗਿਆ ਤੇ ਜਨਾਬ ਬਣ ਗਈ ਹੈ ਤੇ ਦੂਸਰਾ ਦੇਖੋ ਜੀ ਇੱਕ ਸਾਈਡ ਤੋਂ ਜਨਾਬ ਤਾਰ ਰਿਹਾ ਹੁਣ ਪੂਰੀ ਸ਼ਲਬ ਵੀ ਤਾਰੇਗਾ ਬੜਾ ਮਿਹਨਤ ਦਾ ਕੰਮ ਆ ਬੜਾ ਜ਼ਬਰਦਸਤ ਕੰਮ ਆ ਸਰ ਤੇ ਅਗਰ ਤੁਸੀਂ ਕਿਚਨ-ਕਿਚਨ ਬਣਾਣਾ ਹੋਵੇ ਤੇ ਜਨਾਬ ਮੇਨ ਨਾਲ ਰਾਬਤਾ ਕਰ ਲਈਓ ਤੁਹਾਨੂੰ ਮੈਂ ਦੱਸਾਂਗਾ ਕਿੱਦਾਂ ਬਣਾਣਾ ਤੇ ਕਿੱਦਾਂ ਕਰਨਾ ਕੀ ਕਰਨਾ ਵਾ ਮੁਕੰਮਲ ਕਿਚਨ ਦੀ ਅਤਾਰ ਦਿੱਤੀ ਜਨਾਬ ਸਾਈਡਾਂ ਤੇ ਆ ਲਓ ਜੀ ਆ ਦੇਖ ਲਓ ਜੀ ਬੇੜਾ ਗਰਕ ਹੋ ਗਿਆ ਆ نیچے ਦੇਖੋ ਅਭੀ ਦੇਖ ਲਓ ਤੇ ਮਿੱਤਰੋ ਨਾਲ ਚਲੋ ਗੱਲਾਂបੱਤਾਂ ਵੀ ਹੋਰ ਆਪਣੀਆਂ ਵੀ ਸਰਦੀ ਸੁਣਾਓ ਕੈਸੀ ਜਾ ਰਹੀ ਐ ਮੌਸਮ ਤੁਹਾਡੇ ਕਿ ਐਸਾ ਜਾ ਰਿਹਾ ਸਾਰੇ ਮੇਰੇ ਦੇਖਣ ਵਾਲਿਓ ਨਾਲ ਨਾਲ ਦੱਸਦੇ ਰਿਹਾ ਕਰੋ ਕੈਸੀ ਤੁਹਾਡੀ ਗੁਜ਼ਰੀ ਕੈਸੀ ਦਿਨੋ ਗੁਜ਼ਰੇ ਐ ਦੇਖੋ ਜੀ ਬਾਹਰ ਦਾ ਥਿਊ ਐ ਬਾਰੋ ਜਨਾਬ ਸੀੜੀ ਤੇ ਦਰਵਾਜ਼ਾ ਤਾਰ ਦਿੱਤਾ ਬੰਦੇ ਨੇ ਖਿੜਕੀ ਦੇ ਪਿੱਛੇ ਜਨਾਬ ਆਇਆ ਹੁਣ ਖਿੜਕੀ ਦੇਖੋ ਕਿਦਾਂ ਤਾਰਦਾ ਇਹ ਕਿਦੋਂ ਤਾਰਦਾ ਇਹ ਜਨਾਬ ਖਿੜਕੀਆਂ ਵੀ ਤਾਰੀਆਂ ਜਾਊਂਗੀਆਂ ਸਾਰੀਆਂ ਅੱਜ ਦੇਖੋ ਇਕ ਥੋੜੇ ਜਿਹਾ ਨੀ ਨਵੀਂ ਕੰਮ ਹੋ ਰਿਹਾ ਨਾਲ ਜਨਾਬ ਬਿਜਲੀ ਦਾ ਜਿਹੜਾ ਕੰਮ ਬਿਜਲੀ ਨਾ ਹੋ ਰਿਹਾ ਉਹ ਜਨਾਬ ਅਲਾਸਾ ਬਹਿ ਗਏ ਥੱਕ ਕੇ ਨਸਵਾਰ ਖਾਨ ਲੱਗੇ ਨਸਵਾਰ ਦਾ ਬੜਾ ਸ਼ਕੀਨ ਹੈ ਮੂੰਹ ਚ ਰੱਖ ਛੱਡਦਾ ਇੱਕ ਸਾਈਡ ਤੇ ਆਓ ਦੇਖੋ ਆਪਸ ਵਿੱਚ ਡਿਸਕਸ ਕਰ ਰਹੇ ਜਨਾਬ ਕਿ ਕਿਵੇਂ ਬਣਾਣੀ ਹੈ ਤੇ ਕੀ ਕਰਨੀ ਹੁਣ ਖਿੜਕੀ ਕਿਉਂਕਿ ਤਾਰਨੀ ਬਹੁਤ ਮੁਸ਼ਕਲ ਹੈ ਬਹੁਤ ਜ਼ਬਰਦਸਤ ਸਟਰਗਲ ਦਾ ਕੰਮ ਹੈ 체కింగ్ ਹੋ ਰਹੀ ਜਨਾਬ ਮੈਂ ਦੇਖ ਰਿਹਾ ਕਿ ਕੀ ਬਣ ਰਿਹਾ ਕੀ ਨਹੀਂ ਹੈ ਬਹੁਤ ਬੜਾ ਗਰ ਕਰ ਦਿੱਤਾ ਇਹਨਾਂ ਨਹੀਂ ਮੈਂ ਕਿਹਾ ਸੀ ਜਿਹੜਾ ਇਹਨਾਂ ਨੇ ਤਾਂ ਦਿੱਤਾ ਮੈਂ ਥੋੜਾ ਕਿਹਾ ਸੀ ਇਹ ਜਨਾਬ ਸਿੰਕ ਦਾ ਹੋਇਆ ਹੈ ਇਹਦਾ ਡਿਸਕਸ ਹੋ ਰਿਹਾ ਕਿ ਇਸੇ ਨੂੰ ਕੀ ਕੀਤਾ ਜਾਵੇ ਮੋਰੇ ਦਾ ਇਹਦੇ ਵਿੱਚ ਕੀ ਕੀਤਾ ਜਾਵੇ ਥੋੜਾ ਪੈ ਖਤਮ ਕੀਤਾ ਜਾਵੇ ਜਨਾਬ ਪਾਣੀ ਚੈੱਕ ਹੋ ਰਿਹਾ ਪਾਣੀ ਚੱਲ ਰਿਹਾ ਕਿ ਨਹੀਂ ਜਨਾਬ ਕਿਚਨ ਸੜਾ ਤਿਆਰ ਹੋ ਰਿਹਾ ਜਿਹੜਾ ਤੇ ਬੜੀ ਦਿਨਾਂ ਤੋਂ ਬੜੀ ਮੁੱਦਤ ਤੋਂ ਜਨਾਬ ਇਹ ਤਿਆਰ ਹੋਣਾ ਫਿਰਦਾ ਸੀ ਅੱਜ ਹੋ ਰਿਹਾ ਕੱਲ ਹੋ ਰਿਹਾ ਅਖੀਰ ਢਾਂਟ ਭਾਈ ਚੱਲ ਰਹੀ ਜਨਾਬ ਜਿਸ ਤਰ੍ਹਾਂ ਬਾਰ ਲੋਕਾਂ ਦੇ ਥੜੇ ਛੜੇ ਤਾਂ ਟਾਂਟਾਂ ਦੇ ਡੀਸੀ ਉਹ ਵੀ ਕਰ ਇਸ ਤਰ੍ਹਾਂ ਜਨਾਬ ਟਾਂਟ ਵਾਈ ਚੱਲ ਰਹੀ ਹੈ ਇਹ ਪ੍ਰਾਣਾ ਸਿੰਕ ਪ੍ਰਾਣਾ ਚੁੱਲਾ ਅਲਮਾਰੀ ਅਭੀ ਅੰਦਰ ਹੀ ਪਈ ਹੈ ਬਾਹਰ ਕੱਢ ਲਾਂਗੇ ਇਸ ਤੋਂ ਬਾਅਦ ਬਿਜਲੀ ਦਾ ਵੀ ਕਨੈਕਸ਼ਨ ਸਾਰਾ ਖਤਮ ਕਰ ਦਿੱਤਾ ਜਾਏ ਇਹ ਖਿੜਕੀ ਜਨਾਬ ਹੁਣ ਬਾਲਾ ਸਾਹਿਬ ਨੂੰ ਜ਼ੋਰ ਲਾ ਰਹੇ ਸ਼ੱਲ ਹੈ ਬਾਲਾ ਸਾਹਿਬ ਬੜੇ ਵੱਡੇ ਪਲਵਾਨ ਆ ਜਨਾਬ ਉਹ ਲਾਤਾ ਸ਼ੀਸ਼ੇ ਲਾਤਾ ਇਹ ਜਨਾਬ ਮੈਂ ਵੀ ਆਇਆ ਨਾਲ ਕੀ ਕੀਤਾ ਜਾਵੇ ਮੇਰੇ ਉਸੰਦਾਨ ਨੂੰ ਮੈਂ ਬੰਦ ਕਰ ਰਹੇ ਹਾਂ ਜਨਾਬ ਉਸੰਦਾਨ ਇਹ ਗਜ਼ਾਸ ਸੀਐਸਐਲ ਜੀ ਇਹ ਜਨਾਬ ਵੱਡੇ ਵੱਡੇ ਪਹਿਲਵਾਨ ਆ ਗਏ ਜਨਾਬ ਇਹਨੂੰ ਜ਼ੋਰ ਲਾ ਕੇ ਉਲਾ ਰਹੇ ਹੈ ਕਿ ਸ਼ਾਇਦ ਦੈਲਾ ਸੈਦਲਾ ਸੀ ਜਾਂ ਆਪਣੀ ਉਤਰ ਜਾਵੇ ਨਹੀਂ 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 ਲੜਕੀ ਨੇ ਨਹੀਂ ਉੱਤਨਾ ਆਇਦ ਨਾ 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 ਜ਼ੋਰ ਲਾਇਓ ਇਹ ਜਨਾਬ ਡਿਸਕਸ ਕਰ ਰਹੇ ਨੇ ਕੀ ਕੀਤਾ ਜਾਵੇ ਕਿਧਰ ਉਹ ਚੱਕੀ ਜਾਵੇ ਕਿਧਰ ਉਟਾਇਆ ਜਾਵੇ ਚੱਕਰ ਸ਼ੱਕਰ ਸੀ ਲਾ ਰਹੇ ਜਰਾ ਕੱਚ ਜਨਾਬ ਥਲੇ ਕੀ ਸਟਾਇਆ ਸੀ ਬਾਲਾ ਸਾਬ ਉਹ ਚੁੱਕ ਰਹੇ ਇਹ ਜਨਾਬ ਅਸੀਂ ਮੁਸਲਾਜ ਪੈ ਗਏ ਕਿ ਇਧਰ ਉਟਾ ਦੇ ਉਧਰ ਉਟਾ ਉਹ ਜ਼ੋਰ ਲਾ ਰਹੇ ਸ਼ਾਇਦ ਹਿੱਲੀ ਲਗਨ ਛਿੜ ਗਈ ਅਭੀ ਹਿੱਲੀ ਵੀ ਨਹੀਂ ਹੈ ਪੁੱਤਨਾਂ ਤੇ ਬਹੁਤ ਮੁਸ਼ਕਲ ਹੈ ਇਹ ਭਾਈ ਉਹਨਾਂ ਦਾ ਜ਼ੇਹਨ ਸੀ ਕਿ ਸ਼ਾਇਦ ਉਤਰ ਜਾਵੇ ਇਦਾਂ ਹੀ ਮੈਨੂੰ ਨਾ ਹੀ ਮਿਹਨਤ ਕਰਨੀ ਪਵੇ ਬਾਕੀ ਚਲੋ ਲੱਥ ਜਾਵੇ ਲਾਦੇਸਪੁਰ ਲੇਕਿਨ ਭਾਈ ਮੁਸ਼ਕਲ ਹੀ ਹੈ ਤੇ ਜਨਾਬ ਜ਼ੋਰ ਜ਼ਾਰ ਲਾ ਰਹੇ ਹਨ ਦੇਖੋ ਕੀ ਕਰਦੇ ਫਿਲਹਾਲ ਇੱਕ ਨੇ ਉਧਰ ਜਾ ਕੇ ਹੱਥ ਪਾ ਲਿਆ ਤੇ ਇੱਕ ਨੇ ਉਧਰੋਂ ਹੱਥ ਪਾ ਲਿਆ ਆ ਲੋ ਜੀ ਇਹ ਹੁਣਾਂ ਪੱਛੇ ਗੱਲਾਂ ਕਰ ਰਹੇ ਜਾਂ ਤੇ ਜਾਂ ਸ਼ੀਸ਼ੇ ਨੂੰ ਸਿਰ ਮਾਰ ਰਹੇ ਆ ਇਹ ਆਪਣੇ ਮੁਕਦਰਾਂ ਨੂੰ ਰੋ ਰੇ ਕੀ ਬਣੀਏਗੀ ਕੀ ਕੀ ਕਰੀਏ ਉਹ ਦੇਖੋ ਜੀ ਉਹ ਭਾਈ ਹੁਣ ਲਾਇਆ ਕੇ ਨਾ ਸੋਚਨ ਦੇ ਖਿੜਕੀ ਨੂੰ ਉਹਨੇ ਵੀ ਹੱਥ ਪਾਇਆ ਲੋ ਜੀ ਐ ਜਿਓ ਬਾਲਿਆ ਜਿਓ ਬਾਲਿਆ ਬਾਲੇ ਦਾ ਦਿਲ ਕਰਿਆ ਮੈਂ ਲਟਕ ਜਾਵਾਂ ਉੱਤੇ ਚੜ ਜਾਵਾਂ ਇਧਰੋਂ ਮੈਨੂੰ ਵੀ ਜਨਾਬ ਮੈਂ ਵੀ ਸ਼ੁਰੂ ਹੋ ਗਿਆ ਐ ਸ਼ਵਸ਼ ਜ਼ੋਰ ਲਗਾ ਕੌਲਾ ਤਰੀ ਲੇਕਿਨ ਭਾਜੀ ਖਿੜਕੀ ਬੜੀ ਬਦਨੀ ਬਹੁਤ ਬਦਨੀ ਓਏ ਹੋਏ 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 ਲਾ ਤੇ ਅਸੀਂ ਲਈ ਤੇ ਜਿਹੜੇ ਅਸੀਂ ਮੁਸੀਬਤਾਂ ਨੂੰ ਹੁਣ ਪਏ ਆ ਦੇਖੋ ਜੀ ਉਹ ਲੱਕੜੀ ਲਾਤੀ ਉਹਦੀ ਥੱਲੇ ਹੁਣ ਜਨਾਬ ਸੋਚਣ ਦੇ ਕੀ ਕਰੀਏ ਇਹਨੂੰ ਮੈਂ ਕਿਹਾ ਪਰੇ ਕਰ ਇਧਰ ਲਾ ਦੇ ਉਹਨੇ ਚੀਜ਼ਾਂ ਚੱਕਿਆਗਾ ਇਧਰ ਜਨਾਬ ਸੈਟ ਕਰੇਗਾ ਲੇਕਿਨ ਖਿੜਕੀ ਬੜੀ ਵਜਨੀ ਹੈ ਬੜੀ ਮੁਸ਼ਕਲ ਕਾਬੂ ਕੀਤੀ ਇਹ ਮੈਂ ਤੇ ਬਾਲੇ ਨੇ ਅਸੀਂ ਫਿਰ ਵੀ ਉਹ ਦੀਵਾਰ ਦੇ ਨਾਲ ਥੋੜੀ ਟੇਕ ਦਿੱਤੀ ਹੈ ਤੇ ਜਨਾਬ ਉਹ ਤੁਹਾਨੂੰ ਦੱਸਾਂਗੇ ਖਿੜਕੀ ਲਾੰਦੇ ਕਿ ਅਸੀਂ ਕਿਦਾਂ ਵਾ ਤੇ ਸਾਡੀ ਚੀਕਾ ਨਿਕਲ ਜਾਣੀ ਹੈ ਜਨਾਬ ਇੰਨੀ ਵਜਨੀ ਖਿੜਕੀ ਇੰਨੀ ਅਸੀਂ ਮੁਸ਼ਕਲ ਨਾਲ ਜਨਾਬ ਇਹਨੂੰ ਲਾਵਾਗਾ ਇਧਰ ਆਹ ਦੇਖੋ ਜੀ ਬਾਲਾ ਜੀ ਪਲਵਾਨ ਪੂਰੇ ਜ਼ੋਰ ਨਾਲੋ ਜੀ ਨਾ 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 ਚਿਰ ਕਿਨੇ ਗਿਆ ਮੈਂ ਨਹੀਂ ਨਾ ਨਾ ਕੋਈ ਚੋੱਕੇ ਤੇ ਹੋਣੀ ਨਹੀਂ ਇਹ ਕੜੀਸ ਕੀ ਹੋਣੀ ਉਹ ਭਾਈ ਉਹਨੇ ਸਿਰ ਮਾਰਨ ਲੱਗੇ ਸੀ ੜਗੀ ਚ ਬਾਲਾ ਜੀ ਲਮਕੇ ਦੇ ਨਾਲ ਨਾ 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 ਹਾਂ ਦੇਖੋ ਜੀ ਡੇਟ ਕਿ ਹੋ ਰਹੀ ਜਨਾਬ ਚੱਕੀ ਤੇ ਜਾਣੀ ਨਹੀਂ जोर लगा के हे या जोर लगा के हई या शाबा 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 कुम जाुम 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 जा देख के मेरा बेसना तोड़ दिए हो वाइस बेशन शाबा शावा शाबा शावाम जाुम जाुम जामजा घुम जा घुम जा घुम जा घुम जा घुम जा शाबा शावा ना जी ना है देखो बंदा कि जोर ला रहा जनाब नाल मैं भी तो जोर ला रहा ਤੇ ਬਾਲਾ ਜੀ ਵੀ ਲਮਕੇ ਹੋਏ ਆ ਖਿੜਕੀ ਦੇ ਨਾਲ ਤੇ ਦੋਸਤੋ ਦੇਖੋ ਨਾ ਖਿੜਕੀ ਕਿੰਨੀ ਮੁਸ਼ਕਲ ਉਤਰ ਰਹੀ ਹੈ ਇਹ ਜਨਾਬ ਅਸੀਂ ਖਿੜਕੀ ਤਾਰ ਰਹੇ ਹਾਂ ਬੜਾਈ ਜ਼ੋਰ ਲਗਾ ਕੇ ਦੇਖੋ ਜੇ ਖਿੜਕੀ ਲੱਗ ਜਾਵੇ ਸਾਈਡ ਤੇ ਐ ਜਨਾਬ ਦੇਖੋ ਜਿਸੀ ਹੁਣ ਖਿੜਕੀ ਨੂੰ ਲਾ ਲਿਆ ਤੇ ਐ ਸਾਡਾ ਕਿਚਨ ਦਾ ਹੁਣ ਆ ਵੀ ਹੋਏ ਦੇਖੋ ਠੀਕ ਹੋ ਗਿਆ ਇਹ ਸਾਰਾ ਟਵਾਇ ਹੋ ਗਿਆ ਬਖੜਕੀ ਜਨਾਬ ਉਹ ਟੇਕ ਗਈ ਹੈ ਫਿਲਹਾਲ ਬਾਅਦ ਚ ਉਹ ਦਾ ਬੰਦੋਬਸ ਕਰਾਂਗੇ ਇਹਨੂੰ ਕੀ ਕਰਨਾ ਵਾ ਕਿੱਥੇ ਲੈ ਕੇ ਜਾਣਾ ਵਾ ਫਿਲਹਾਲ ਤੇ ਇਹਨੂੰ ਦੇਖਣ ਦੇ ਆ ਕਿ ਬਣ ਗਿਆ ਅਸੀਂ ਕੁਛ ਚਾਹਦੇ ਸੀ ਬਣ ਕੁਛ ਗਿਆ ਸਾਰੀ ਬਿਜਲੀ ਦੀਆਂ ਤਾਰਾਂ ਸਾਰਾ ਡਗਣ ਮਗੜ ਇਹ ਭਾਈ ਹੁਣ ਇਹ ਟਾਈਮ ਸੈਟਮੈਂਟ ਕਰੂੰਗੇ ਸਾਈਡ ਤੇ ਜਨਾਬ ਉਹ ਜਿਹੜੀਆਂ ਸਾਫ ਸਾਫ ਿੱਟਾਂ ਹੂ ਇੱਕ ਸਾਈਡ ਤੇ ਲਗਾਏਗਾ ਬਾਕੀ ਜਨਾਬ ਕਚਰਾ ਸਾਰਾ ਠਾ ਕੇ ਬਾਹਰ پھੰਕੇਗਾ ਬੱਲਾ ਜੀ ਜਨਾਬ ਬਾਕੀ ਸ਼ਲਫ ਦੇ ਪਿਛੇ ਹੋ ਗਏ ਉਹ ਜਿਹੜੀ ਰਹਿ ਗਈ ਸੀ ਉਹ ਬੱਲਾ ਜੀ ਤਾਂ ਢਾਣ ਲਗੇ ਔਰ ਦੇਖੋ ਇਹ ਬੱਲਾ ਜੀ ਦਾ ਬੂਟ ਨਿਕਲ ਰਿਹਾ ਬੂਟ ਸੈੱਟ ਕਰ ਰਿਹਾਦਾ ਉਹ ਜੀ ਖਿੜਕੀ ਨਿਕਲ ਕੇ ਕਾਫੀ ਰੋਸ਼ਨੀ ਹੋ ਗਈ ਹੈ ਜਨਾਬ चन खुला खुला हो गया हूँ इतने दीवार बनेगी या की बनेगा ये बाद मसला हम सोचा गए फिर ला खिड़की लाती है ये बाला जी जनाब शिल्प टा रहे मार्बल की जड़ी लगी वो भी ला रहे अपने औजार क्ड रहे स्पेशल बड़े औजार क्ड के लाए तलवार क्ढी थी ਤੇ ਬੱਲਾ ਜੀ ਜਨਾਬ ਇਹ ਹੁਣ ਇਹ ਦੇਖੋ ਨਵੇਂ ਜ਼ਰਾਨਾ ਨਵਾਂ ਕੰਮ ਹੋਏਗਾ ਉਹ ਭਾਈ ਉਹਨਾਂ ਨੇ ਵੀ ਫੜ ਲਿਆ ਆਪਣਾ ਥੋੜਾ ਇਹ ਤਾਂ ਉੱਪਰ ਜਿਹੜੀਆਂ ਸਾਫ਼ ਕੱਢੂਗੇ ਤੇ ਸਾਰੇ ਦੋਸਤੋ ਤੇ ਹਬਾਬ ਕੈਸੀ ਤੁਹਾਨੂੰ ਮੇਰੀ ਵੀਡੀਓ ਲੱਗੀ ਅੱਛੀ ਲੱਗੀ ਤੇ ਵੀਊ ਕਰਨਾ ਨਹੀਂ ਅੱਛੀ ਲੱਗੀ ਤਾਂ ਵੀ ਵੀਊ ਕਰਨਾ ਕਮੈਂਟਸ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਜੋ ਹੁੰਦਾ ਕਰ ਦੇਣਾ ਬਸ ਕਰ ਦਿਆ ਕਰੋ ਜੋ ਖੁਸ਼ ਹੋਵੇ ਤੋਨੇ ਕਿ ਰੱਖਿਆ ਕਰੋ ਬਸ ਠੀਕ ਹੋ ਗਿਆ ਬਹੁਤ ਬਹੁਤ ਦੋਸਤ ਅੱਛੇ ਵੀਊ ਦਿੰਦੇ ਆ ਅੱਛੇ ਕਮੈਂਟਸ ਦਿੰਦੇ ਆ ਬਹੁਤ ਬਹੁਤ ਸ਼ੁਕਰੀਆ ਤੁਹਾणा ਦਾ ਤੁਹਾਡੀ ਵਜ੍ਹਾ ਤੋਂ ਮੈਂ ਜਨਾਬ ਵੀਊ ਬਣਾ ਰਿਹਾ ਹਾਂ ਇੱਕ ਕਿਚਨ ਕਿਤੇ ਬਣਨੇ ਕੰਡੇ ਲਗਾਇਆ ਗਿਆ ਤੇ ਮੈਂ ਤੁਹਾਨੂੰ ਨਵੀਂ ਵੀਡੀਓ ਬਣਾ ਕੇ ਭੇਜਾਂਗਾ ਇਹ ਫਿਲਹਾਲ ਕਿਚਨ ਹੀ ਚੱਲ ਰਿਹਾ ਉਹ ਦੇਖੋ ਜੀ ਸ਼ੈਲਫ ਢਾ ਦਿੱਤੀ ਉਹਨੇ ਅਭੀ ਢਾ ਦੇਗਾ ਸਾਰੀ ਆ ਲੋ ਜੀ ये जनाब मुकम्मल शलफ़ टठी जाएगी आती है इतने नहीं लगे सही नहीं पेगा होगा आया आओ गया शलफ़ टाण तो बड़ा ही मुश्किल बड़ा ही स्ट्रगल काम है जनाब ये बड़ी हिम्मत का इसको शलफ़ को इस तरह ग्रहेंगे फिर इसमें ऐसे डाल लेंगे फिर ऐसे करेंगे फिर अगले डाल लेंगे फिर ऐसे करेंगे डाल के करेंगे इंशाल्लाह इंशाल्लाह एक दो वीडियो रह गई हैं बस किचन बन गया मुकम्मल हो जाएगा फिर तुम आखिरी व्यू किचन का दिखा के फिर उस तो बाद जनाब नवी वीडियो बनावे اور بھی دو تین ویڈیو 사이ٹ ਇਥੇ ਜਾਵਾਂਗੇ ਕਿ ਤੇ ਤੁਹਾਨੂੰ ਅੱਛਾ ਵੀਊ ਦਿਖਾਵਾਂਗੇ ਤੇ ਦੋਸਤੋ ਤੁਸੀਂ ਮੇਨਾ ਹਮੇਸ਼ਾ ਸ਼ੇਅਰ ਕਰਦੇ ਰਹੀਓ ਲਾਈਕ ਕਰਦੇ ਰਹੀਓ ਤੁਹਾਨੂੰ ਮੈਂ ਇਸ ਤੋਂ ਇਲਾਵਾ ਵੀਡੀਓ ਬੜੀਆਂ ਪਿਆਰੀਆਂ ਤੁਹਾਨੂੰ ਡੇਂਜਰਸ ਵੀਡੀਓ ਵੀ ਜਨਾਬ ਬਣਾ ਕੇ ਭੇਜਾਂਗਾ ਤੁਹਾਨੂੰ ਨਵੇਂ ਨਵੇਂ ਵੀਊ ਨਵੇਂ ਨਵੇਂ ਜਨਾਬ ਮਲੂਮਾਤ ਫਿਲਹਾਲ ਤੇ ਤੁਹਾਨੂੰ ਕਿਚਨ ਦੀ ਮਲੂਮਾਤ ਦੇ ਰਿਹਾ ਜਿਹੜਾ ਲੋਕਾਂ ਨੇ ਮਿਸਤਰੀ ਮੁਸਤਰੀ ਲਾਣੇ ਆ ਉਹ ਇਦਾਂ ਲਾਣੇ ਜਨਾਬ ਇਦਾਂ ਟੜਤੀ ਸ਼ਲਫ ਜਾਂ ਨਹੀਂ ਕਦੀ ਟੜਤੀ ਦੇਖੀ ਦੇਖ ਲਿਆ ਤੁਸੀਂ ਬਣਦੀ ਦੇਖ ਲਿਓ ਤੇ ਕਈ ਨੇ ਬੜਾ ਕਮੈਂਟਸ ਕਰਨਾ ਜੀ ਜਨਾਬ ਚਵਲਾਈ ਭੱਜੀਆਂ ਚਲੋ ਕਰ ਲੈਣ ਉਹ ਵੀ ਕਰ ਲੈਣ ਚਵਲਾਂ ਦੇ ਚਵਲਾਂ ਹੀ ਕਹਿਣਾ ਕੋਈ ਨਹੀਂ ਜਨਾਬ ਇਹ ਜਨਾਬ ਦੇਖੋ ਸ਼ੈਲਫ ਟਾ ਰਹੇ ਜਨਾਬ ਬਾਲਾ ਜੀ ਆਖਰੀ ਇਵੈਂਟ ਚੱਲ ਰਿਹਾ ਜਨਾਬ ਸ਼ੈਲਫ ਸਰੀਅਤ ਤੇ ਜਨਾਬ ਇਹ ਸਰੀਅ ਸਚਾ ਰਹੇ ਕੁਛ ਬਾਲਾ ਜੀ ਦਾ ਜਨਾਬ ਮਸ਼ੀਨ ਡਿਸਕਨੈਕਟ ਕਰ ਰਹੀ ਹੈ ਭਾਈ ਯੂਨਿਟ ਲੱਭ ਰੇ ਹੈ ਭਾਈ ਜੀ ਬਿਜਲੀ ਦੇ ਕੰਮ ਨੂੰ ਰੀਸੈਟ ਜਾ ਰਿਹਾ ਕਰੰਟਰਨ ਲਵਾ ਲਵੇ ਕਿਤੇ ਐ ਜਨਾਬ ਦੇਖੋ ਫੇਸ਼ਲ ਆਫ ਦੇ ਪਿਛੇ ਹੋ ਗਿਆ ਬਾਲਾ ਜੀ ਬਾਲਾ ਜੀ ਨੇ ਸ਼ੈਲਫ ਟਾ ਕੇ ਜਨਾਬ ਆ ਜਾਨ ਛੁੱਟਣੀ ਉਧਾਂ ਨਹੀਂ ਛੱਡਣੀ ਬਾਲਾ ਜੀ ਬੜੀ ਹਿੰਮਤ ਨਾਲ ਸ਼ੈਲਫ ਐ ਸ਼ਵਸ਼ जनाब सरीयता आ रहाँ बाकी थोड़ी बोती रहें लाता तो ये जनाब हूँ शल्फ आ रहे हैं थोड़े दे बला जी ने मशीनरी का इस्तेमाल बाकी शल्फ ये टा रहे जनाब दोस्तों तो मेरी वीडियो कैसी लगी اچھی لگی لائک کرنا شیئر کرنا کمنٹس میں لازمی یاد کرنا انشاءاللہ انشاءاللہ ائندہ نئی ویڈیو نہ میں دوبارہ حاضر ہوواں گا تے میری ویڈیو پوری لازمی دیکھیو نہیں دیکھنی ہے تے چلا کے رکھ دیا کرو موبائل سائیڈ تے کوئی 15 20 منٹ تہاڈے ضائع نہیں ہوندے مہربانی ٹھیک ہو گیا انشاءاللہ اگلی ویڈیو نیکسٹ ویڈیو وچ میں پھر تڑنا ہواں گا ایک اچھی تے بہترین ویڈیو لے کے ਕਿਚਨ ਇਨਸ਼ਾਅੱਲਾ ਇਨਸ਼ਾਅੱਲਾ ਇਸ ਤੋਂ ਅਗਲੀ ਇੱਕ ਕਿਸ਼ਤ ਜੀ ਕਿਚਨ ਮੁਕੰਮਲ ਹੋ ਜਾਏਗਾ ਫਿਰ ਤੁਸੀਂ ਦੇਖਣਾ ਕਿ ਜਨਾਬ ਕਿਚਨ ਦਾ ਕੀ ਹਾਲ ਸੀ ਤੇ ਕੀ ਬਣ ਗਿਆ ਤੇ ਵਿੱਚ ਮੈਂ ਦੱਸਣਾ ਕਿ ਹੁਣ ਸਹੀ ਬਣਿਆ ਕਿ ਪਹਿਲੋ ਸਹੀ ਸੀ ਉਹ ਵੀ ਤੁਸੀਂ ਦੇਖਿਆ ਹੀ ਹੈ ਪਹਿਲੇ ਵਾਲਾ ਹਾਲ ਤੇ ਨਵਾਂ ਬਣੇਗਾ ਉਹ ਵੀ ਦੱਸਣਾ ਤੇ ਇਨਸ਼ਾਅੱਲਾ ਇਨਸ਼ਾਅੱਲਾ ਤੁਹਾਨੂੰ ਮੈਂ ਅੱਛੀ ਵੀਡੀਓ ਦੇਵਾਂਗਾ ਤੁਹਾਡਾ ਰਾਬਤਾ ਰਹੇਗਾ ਤੇ ਦੋਸਤੋ ਹੁਣ ਮੈਨੂੰ ਇਜਾਜ਼ਤ ਦਿਓ